ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਪਿਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਆਏ ਹਾਂ ਜੀ ਟੂਡਰ ਮੱਲ ਜੀ ਦੀ ਹਵੇਲੀ ਨੂੰ ਵਿਜ਼ਿਟ ਕਰਨ ਜੀ। ਆਓ ਉਹਨਾਂ ਦੀ ਹਵੇਲੀ ਨੂੰ ਘੁੰਮਦੇ ਹਾਂ, ਉਹਨਾਂ ਉਸ ਹਵੇਲੀ ਦੇ ਦਰਸ਼ਨ ਕਰਦੇ ਹਾਂ ਅਤੇ ਉਸ ਦੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਆਓ ਚੱਲੀਏ ਜੀ। ਭਾਈ ਟੋਡਰ ਮੱਲ ਜੀ ਉਹ ਮਹਾਨ ਵਿਅਕਤੀ ਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਵਾਇਆ ਸੀ ਜੀ। ਭਾਈ ਟੋਡਰ ਮੱਲ ਜੀ ਨੇ ਵਜ਼ੀਰ ਖਾਂ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸੰਸਕਾਰ ਕਰਨ ਲਈ ਜਗ੍ਹਾ ਦੀ ਮੰਗ ਕੀਤੀ ਸੀ। ਵਜ਼ੀਰ ਖਾਂ ਨੇ ਭਾਈ ਟੋਡਰ ਮੱਲ ਜੀ ਨੂੰ ਜਗ੍ਹਾ ਦੇਣ ਦੀ ਮਨਜ਼ੂਰੀ ਤਾਂ ਦਿੱਤੀ ਪਰ ਨਾਲ ਹੀ ਸ਼ਰਤ ਰੱਖੀ ਕਿ ਜਗ੍ਹਾ ਉਹ ਤੁਹਾਨੂੰ ਮਿਲ ਜਾਵੇਗੀ ਪਰ ਤੁਹਾਨੂੰ ਉਸ ਜਗ੍ਹਾ 'ਤੇ ਮੋਹਰਾਂ ਵਿਛਾਉਣੀਆਂ ਪੈਣਗੀਆਂ। ਭਾਈ ਟੋਡਰ ਮੱਲ ਜੀ ਨੇ ਜੀ ਮੋਹਰਾਂ ਵਿਛਾ ਕੇ ਉਸ ਜਗ੍ਹਾ ਨੂੰ ਖਰੀਦਿਆ ਸੀ ਜੀ, ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਆ ਜੀ। ਸਾਡੇ ਚੈਨਲ 'ਤੇ ਜਾ ਕੇ ਤੁਸੀਂ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ। ਆਜੋ ਆਪਾਂ ਦੇਖਦੇ ਹਾਂ ਜੀ ਭਾਈ ਟੋਡਰ ਮੱਲ ਜੀ ਦੀ ਇਸ ਹਵੇਲੀ ਨੂੰ ਜੀ। ਭਾਈ ਟੋਡਰ ਮੱਲ ਜੀ ਦੀ ਇਸ ਹਵੇਲੀ ਦਾ ਕੰਮ ਚੱਲ ਰਿਹਾ ਰਿਪੇਅਰ ਦਾ ਜੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਹਵੇਲੀ ਉਸੇ ਦਿੱਖ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਬਹੁਤ ਵੱਡੀ ਸੇਵਾ ਸੀ ਭਾਈ ਟੋਡਰ ਮੱਲ ਜੀ ਦੀ ਜਿਨ੍ਹਾਂ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ। ਤਹਿਖਾਨੇ ਦੇ ਕਮਰਿਆਂ ਦੀਆਂ ਨੀਹਾਂ ਬੇਸਮੈਂਟ ਰੂਮਸ ਅਤੇ ਤਹਿਖਾਨੇ ਦੀ ਢਹਿ ਚੁੱਕੀ ਛੱਤ ਹੈ ਜੀ। ਸਾਰੇ ਇੱਥੇ ਬੋਰਡ ਲੱਗੇ ਹੋਏ ਨੇ। ਇੱਥੇ ਪਹਿਲਾਂ ਤਹਿਖਾਨਾ ਹੁੰਦਾ ਸੀ। ਆਓ ਚੱਲਦੇ ਹਾਂ ਅੱਗੇ ਨੂੰ ਜੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਨ ਟੋਡਰ ਮੱਲ ਜੀ ਜਹਾਜ਼ ਹਵੇਲੀ ਨੂੰ ਵਿਰਾਸਤੀ ਇਮਾਰਤ ਘੋਸ਼ਿਤ ਕੀਤਾ। ਇੱਧਰ ਜੀ ਵਾਸ਼ਰੂਮ ਬਣੇ ਹੋਏ ਸੀ ਪੁਰਾਣੇ ਜ਼ਮਾਨੇ ਦੇ, ਜੋ ਉਸ ਟਾਈਮ ਇਸ ਜਗ੍ਹਾ 'ਤੇ ਬਣੇ ਹੋਏ ਸਨ ਜੀ। ਆਓ ਚੱਲਦੇ ਹਾਂ ਅੱਗੇ ਨੂੰ ਜੀ। ਤਹਿਖਾਨੇ ਦੇ ਕਮਰੇ ਦੀ ਕੰਧਾਂ 'ਤੇ ਫਰਸ਼ ਹੈ ਜੀ। ਆਖੋ ਇਹ ਕੰਧ ਫਰਸ਼ ਮੇਨ ਗੇਟ ਦੇ ਉਸ ਸਮੇਂ ਦੇ ਪਿੱਲਰ ਨੇ ਜੀ। ਪਹਿਲੀ ਮੰਜ਼ਿਲ ਦਾ ਹਾਲ ਰੂਮ ਹੈ ਫਸਟ ਫਲੋਰ ਦਾ। ਇਮਾਰਤ ਕਾਫੀ ਢਹਿ ਚੁੱਕੀ ਹੈ। ਉੱਪਰ ਹੈ ਜੀ ਦੂਸਰੀ ਮੰਜ਼ਿਲ ਦਾ ਹਾਲ। ਇਹ ਹੈ ਜੀ ਡਰੇਨ ਪਾਈਪ
निकास लई पानी इत्थों आंदा सी। इह असल दे विच रसोई दा कमरा सी। आज रसोई दी अलमारी आप छत विच बणियां आ रहे है ना, बणी धुआं कढ़ण वाली चिमनी, चुल्हा आपणे आया ते पानी दा होस। मतलब उस समय भी उन्होंने काफ़ी जिहड़ी अजकल आप यूज़ कर रहे मॉडर्न फैसिलिटी उस अकॉर्डिंग अपना घर बनाया होया सी। बाहर इधरों जाओ जी, ये जी उस समय का किचन स्टोर है, पुराने समय का ही बनया होया, काफ़ी शांति है इत्थे। आओ चलते हैं अगे ना जी। ये जी उस समय का सर्वेंट रूम सी, नौकर जा जिन्हों आप लांगरी कहने हैं ਉਹਦਾ ਕਮਰਾ ਦੇ ਵਿੱਚ ਉਦੋਂ ਦੀਵੇ ਰੱਖੇ ਜਾਂਦੇ ਸੀਗੇ ਚਾਨਣ ਲਈ, ਕਿਉਂਕਿ ਚਾਨਣ ਦੂਰ ਤੋਂ ਹੁੰਦੀ ਨਹੀਂ ਸੀ ਬਿਜਲੀ, ਇਹਨਾਂ ਵਿੱਚ ਦੀਵੇ ਰੱਖ ਦਿੰਦੇ ਸੀ। ਇੱਕ ਗੱਲ ਹੋਰ ਦੇਖੋ ਤੁਸੀਂ, ਇਹ ਕੰਧਾਂ ਦੇਖੋ ਕਿੰਨੀਆਂ ਚੌੜੀਆਂ ਨੇ, ਦੇਖੋ ਕਿੰਨੀ ਕਿੰਨੀ ਚੌੜੀ ਕੰਧ ਆ, ਉਹ ਦੇਖੋ ਕੰਧ ਕਿੰਨੀ ਚੌੜੀ ਆ, ਕੰਧਾਂ ਦੇਖੋ ਕਿੰਨੀਆਂ ਚੌੜੀਆਂ ਨੇ ਉਦੋਂ ਦੀਆਂ ਨਹੀਂ। ਹਾਂ ਕਾਫੀ ਉਸ ਸਮੇਂ ਮਜ਼ਬੂਤ ਇਮਾਰਤ ਉਸ ਸਮੇਂ ਦੀ ਬਣਾਈ ਹੋਈ ਸੀ ਜੀ ਉਹਨਾਂ ਨੇ। ਇਹ ਰਸਤਾ ਰਸੋਈ ਨੂੰ ਜਾਂਦਾ ਜੀ, ਜਿਹੜੀ ਆਪਾਂ ਦੇਖ ਕੇ ਆਏ ਹੋਣੀ। ਕਿਰਪਾ ਕਰਕੇ ਜੋੜੇ ਉਤਾਰ ਕੇ ਸਿਰ ਢੱਕ ਕੇ ਅੰਦਰ ਜਾਓ ਜੀ, ਵਾਹਿਗੁਰੂ ਸਿਮਰਨ ਕਰੋ ਜੀ। ਕਿਰਪਾ ਕਰਕੇ ਇੱਥੇ ਮਾਇਆ ਦਾ ਮੱਥਾ ਨਾ ਟੇਕੋ ਜੀ, ਡੋਂਟ ਡੋਨੇਟ ਹੇਅਰ। ਹਵੇਲੀ ਦੀਵਾਨ ਟੋਡਰਮੱਲ, ਧਰਮ ਹੇਤ ਸਾਕਾ ਕੀਆ, ਵਿਰਾਸਤ ਹਵੇਲੀ ਦਾ ਨਵ ਨਿਰਮਾਣ। ਇਹ ਹਵੇਲੀ ਦੀ ਪ੍ਰਾਤਨ ਦੇਖਾ ਜੀ, ਇਹ ਵਾਲੀ, ਇਹ ਦੇਖੋ ਪੁਰਾਣੀ ਦੇਖਾ, ਇਹ ਮੌਜੂਦਾ ਦੇਖਾ, ਹੁਣ ਇਹ ਕੰਮ ਇਹਦਾ ਚੱਲ ਰਿਹਾ। ਮੋਹਰਾਂ ਵਿਛਾ ਕੇ ਇਸ ਜਗ੍ਹਾ ਨੂੰ ਖਰੀਦਿਆ, ਜਾਣੀ ਅੱਜ ਦੇ ਹਿਸਾਬ ਨਾਲ ਖਰਬਾਂ ਰੁਪਈਆ ਬਣਦਾ ਜੀ ਉਸ ਜਗ੍ਹਾ ਦਾ ਮੁੱਲ, ਥੋੜ੍ਹੀ ਜਿਹੀ ਜਗ੍ਹਾ ਦਾ ਮੁੱਲ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਜਗ੍ਹਾ ਨੂੰ ਖਰੀਦਿਆ, ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਭਾਈ ਟੁੱਡਰਮੱਲ ਜੀ ਨੇ। ਇੱਧਰ ਹੈ ਜੀ ਤਹਿਖਾਨੇ ਦਾ ਰੌਸ਼ਨਦਾਨ, ਬੇਸਮੈਂਟ ਦੀ ਵਿੰਡੋ, ਅਤੇ ਇੱਧਰ ਕੀਤਾ ਹੋਇਆ ਜੀ ਪੁਰਾਣਾ ਪਲਸਤਰ। ਇਸ ਸਾਈਡ ਬਣਿਆ ਹੋਇਆ ਜੀ ਸਵਿਮਿੰਗ ਪੂਲ। ਤੁਸੀਂ ਕਹਿ ਸਕਦੇ ਹੋ ਕਿ ਉਸ ਸਮੇਂ ਵੀ ਭਾਈ ਟੋਡਰਮੱਲ ਜੀ ਨੇ ਆਪਣੇ ਲਈ ਇੱਕ ਸਵਿਮਿੰਗ ਪੂਲ ਦਾ ਨਿਰਮਾਣ ਕੀਤਾ ਸੀ ਜੀ। ਉਸ ਸਮੇਂ ਇਸ ਦੇ ਵਿੱਚ ਸਵਿਮਿੰਗ ਪੂਲ ਦੇ ਵਿੱਚ ਫੁਹਾਰਾ ਵੀ ਲੱਗਿਆ ਹੁੰਦਾ ਸੀ। ਮਤਲਬ ਹਰੇਕ ਉਸ ਸਮੇਂ ਦੀ ਜਿਹੜੀ ਫੈਸਿਲਿਟੀ ਸੀ ਭਾਈ ਟੋਡਰਮੱਲ ਜੀ ਨੇ ਆਪਣੇ ਘਰ ਦੇ ਵਿੱਚ ਲਗਾਈ ਹੋਈ ਸੀ ਜੀ। ਇਹ ਤਹਿਖਾਨੇ ਦੀਆਂ ਪੌੜੀਆਂ ਨੇ ਜੀ, ਥੱਲੇ ਉੱਤਰ ਕੇ ਤਹਿਖਾਨੇ ਵਿੱਚ ਜਾਇਆ ਜਾਂਦਾ ਸੀ। ਚੂਨੇ ਅਤੇ ਇੱਟਾਂ ਦਾ ਬਣਿਆ ਪੁਰਾਤਨ ਫਰਸ਼ ਸੀ ਇੱਥੇ ਜੀ। ਚੁਬਾਰੇ 'ਚ ਜਾਣ ਲਈ ਪੌੜੀਆਂ ਨਾ, ਚੁਬਾਰੇ ਜਾਣ ਲਈ ਉੱਪਰ ਇਹ ਪੌੜੀਆਂ ਸੀਗੀਆਂ ਜਿਹੜੀਆਂ ਢਹਿ ਗਈਆਂ ਹੁਣ, ਉਸ ਸਮੇਂ ਆਹ ਪੌੜੀਆਂ ਸੀਗੀਆਂ ਇੱਦਾਂ ਚੁਬਾਰੇ ਦੇ ਵਿੱਚ ਜਾਂਦੀਆਂ ਸੀ, ਜਿਹੜੀਆਂ ਹੁਣ ਢਹਿ ਚੁੱਕੀਆਂ ਨੇ।
ਇਹ ਹੈ ਜੀ ਪਹਿਲੀ ਹੌਦੀ ਅਤੇ ਇੱਧਰ ਬਣੀ ਹੋਈ ਹੈ ਦੂਸਰੀ ਹੌਦੀ। ਉਸ ਸਮੇਂ ਕਿਚਨ ਦੇ ਯੂਜ਼ ਲਈ ਇਹ ਹੌਦੀਆਂ 'ਚ ਪਾਣੀ ਸਟੋਰ ਕਰ ਰੱਖਿਆ ਜਾਂਦਾ ਹੋਣਾ ਅਤੇ ਕਿਚਨ ਦੇ ਯੂਜ਼ ਲਈ ਇੱਥੋਂ ਹੀ ਪਾਣੀ ਸ਼ਾਇਦ ਵਰਤਿਆ ਜਾਂਦਾ ਹੋਵੇਗਾ। ਇਮਾਰਤ ਦਾ ਕੰਮ ਚੱਲ ਰਿਹਾ ਜੀ। ਇਹ ਜੀ ਟੁੱਟ ਚੁੱਕੀ ਅਲਮਾਰੀ, ਅੱਧੀ ਟੁੱਟੀ ਹੋਈ ਅਲਮਾਰੀ ਹੈ ਜੀ। ਉਸ ਸਮੇਂ ਕੱਪਬੋਰਡ ਬਣਾਇਆ ਹੋਇਆ ਸੀ ਕਿਉਂਕਿ ਉਸ ਸਮੇਂ ਜ਼ਿਆਦਾ ਲੱਕੜ ਦੀਆਂ ਅਲਮਾਰੀਆਂ ਦੀ ਵਰਤੋਂ ਨਹੀਂ ਹੁੰਦੀ ਸੀ। ਵਰਤੋਂ ਹੁੰਦੀ ਸੀ ਤਾਂ ਸਿਰਫ ਕੱਪਬੋਰਡ ਦੀ, ਜੋ ਕਿ ਇਮਾਰਤ ਦੇ ਵਿੱਚ ਹੀ ਬਣਾਇਆ ਜਾਂਦਾ ਸੀ ਜੀ। ਅਲਮਾਰੀ ਦਾ ਦਰਵਾਜ਼ਾ, ਕੱਪਬੋਰਡ ਦਾ ਡੋਰ, ਪਾਣੀ ਦੀ ਪ੍ਰਾਪਤੀ ਲਈ ਇਹ ਨਵਾਂ ਖੂਹ ਪੱਟਿਆ ਹੋਇਆ ਜੀ। ਪੁਰਾਤਨ ਨਹੀਂ ਹੈ, ਨਵਾਂ ਪੁੱਟਿਆ ਹੋਇਆ ਜੀ ਪਾਣੀ ਦੀ ਪ੍ਰਾਪਤੀ ਲਈ। ਇਹ ਕੁਝ ਬੱਚੇ ਨੇ ਜੀ ਭਾਈ ਟੋਡਰਮੱਲ ਦੀ ਹਵੇਲੀ ਦੇ ਵਿੱਚ ਖੇਡ ਰਹੇ ਸੀ, ਜਾਣੀ ਇਹ ਉਰੇ ਲੇਬਰ ਦਾ ਕੰਮ ਕਰਦੇ ਨੇ, ਉਹਨਾਂ ਦੇ ਬੱਚੇ ਨੇ ਜੀ ਇਹ ਲੱਗੇ ਹੋਏ ਨੇ ਕੁੱਤਿਆਂ ਨੂੰ ਰੋਟੀ ਖਿਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਸਭ ਨੇ ਮਿਲ ਕੇ ਭਾਈ ਟੋਡਰਮੱਲ ਜੀ ਦੀ ਹਵੇਲੀ ਦਰਸ਼ਨ ਕਰ ਲਏ ਨੇ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਹੁਣ ਆਪਾਂ ਮਿਲਾਂਗੇ ਇੱਕ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ ਜੀ, ਅਤੇ ਇਸ ਦਿਨ ਇਸ ਸਥਾਨ ਤੋਂ ਬਾਅਦ ਜੇ ਤੋ ਅਗਰ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੀ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਜਾ ਕੇ ਜ਼ਰੂਰ ਦੇਖਿਓ ਜੀ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।